लुधियाना के हलका आतमनगर इलाके के अकाली दल के नेता गुरमीत सिंह कुलार के ऑफिस में बुजुर्गों के पेंशन फॉर्म्स भरे गए और 80 के करीब पेंशनरों को चिट्ठियां भी दी गईं। अज हलका आतमनगर के मुख दफ्तर के विच हलका आतमनगर के विच जिहड़े के बुजुर्ग जिन्हां दी पेंशन अजे नहीं लगी सी उन्हां दे अज इत्थे ऑफिस दे विच फार्म भरे गए ने और 78 जिहड़ियां पेंशनां सीगियां ਉਹ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੂੰ ਚਿੱਠੀਆਂ ਦਿੱਤੀਆਂ ਗਈਆਂ ਨੇ ਬਜ਼ੁਰਗ ਮਾਤਾਵਾਂ ਨੂੰ ਤਾਂ ਕਿ ਜਿਹੜੀ ਬੜੀ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਤੋਂ ਇੱਕ ਡਿਮਾਂਡ ਕੀਤੀ ਗਈ ਸੀਗੀ ਕਿ ਜਿਹੜੀ ਪੈਨਸ਼ਨਾਂ ਰੁਕੀਆਂ ਹੋਈਆਂ ਵਾ ਉਹਨਾਂ ਨੂੰ ਕਿਰਪਾ ਕਰਕੇ ਬਜ਼ੁਰਗਾਂ ਨੂੰ ਦਿੱਤਾ ਜਾਵੇ। ਬਹੁਤ ਵੱਡੀ ਆਸ ਸੀ ਨਵੀਂ ਸਰਕਾਰ ਤੋਂ, ਪਰ ਨਵੀਂ ਸਰਕਾਰ ਨੇ ਇਸ ਦੇ ਬਾਰੇ ਸੋਚਿਆ ਨਹੀਂ। ਚਲੋ ਹੁਣ ਚਾਹੇ ਦੇਰ ਆਏ, ਲੇਕਿਨ ਜਿਹੜਾ ਬੈਕਲੌਗ ਆ ਪਿਛਲਾ ਜਿਹੜਾ, ਇਹ ਸਿਰਫ ਅਜੇ ਪੁਰਾਣੀ ਦਿੱਤੀ ਹੈ। ਜਿਹੜਾ ਅਪ ਟੂ ਡੇਟ ਮਈ ਤੱਕ ਦੀ ਜਿਹੜੀ ਪੈਨਸ਼ਨ ਆ, ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਜਲਦੀ ਤੋਂ ਜਲਦੀ ਇਹਨਾਂ ਪੈਨਸ਼ਨਾਂ ਨੂੰ ਇਹਨਾਂ ਖਾਤਿਆਂ ਦੇ ਵਿੱਚ ਕ੍ਰੈਡਿਟ ਕਰਕੇ ਦੇਵੇ ਤਾਂ ਕਿ ਜਿਹੜੀ ਇੱਕ ਸਰਕਾਰ ਤੋਂ ਪੰਜਾਬੀਆਂ ਨੂੰ ਜਿਹੜੀ ਇੱਕ ਆਸ ਸੀਗੀ ਕਿ ਇਹ ਸਰਕਾਰ ਕੁਛ ਨਵਾਂ ਕਰਕੇ ਦਿਖਾਏਗੀ, ਉਹ ਜਿਹੜਾ ਹੈਗਾ ਕੰਮ ਉਸ ਨੂੰ ਜਲਦੀ ਤੋਂ ਜਲਦੀ ਪੂਰਾ ਕਰ।